ਇੱਕ ਤਰਫ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਹਰ ਰੰਗ ਮੰਚ ਵੱਲੋਂ ਇਹੀ ਦਾਅਵਾ ਕਰਦੇ ਹਨ ਕਿ ਉਹਨਾਂ ਦੀ ਸਰਕਾਰ ਬਦਲਖੋਰੀ ਵੱਲੋਂ ਕੰਮ ਨਹੀਂ ਕਰੇਗੀ, ਲੇਕਿਨ ਹੁਣ ਤੱਕ ਬਹੁਤ ਸਾਰੇ ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ ਕਾਂਗਰਸ ਦੀ ਧੱਕੇਸ਼ਾਹੀ ਪ੍ਰਗਟ ਹੋਈ ਹੈ। ਖੰਨਾ ਵੱਲੋਂ ਤਾਰਿਆ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਅਕਾਲੀ ਸਰਪੰਚ ਉੱਤੇ ਸਰਕਾਰੀ ਗ੍ਰਾਂਟਾਂ ਅਤੇ ਘਪਲੇਬਾਜ਼ੀ ਦਾ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਿਆ ਹੈ। ਇਸ ਦੇ ਵਿਰੋਧ ਵਿੱਚ ਅਕਾਲੀ ਦਲ ਨੇ ਹਲਕਾ ਇੰਚਾਰਜ ਰਣਜੀਤ ਸਿੰਘ ਤਲਵੰਡੀ ਦੀ ਅਗਵਾਈ ਵਿੱਚ BDPO ਖੰਨਾ ਦਫ਼ਤਰ ਬਾਹਰ ਜੰਮ ਕੇ ਨਾਅਰੇਬਾਜ਼ੀ ਕੀਤੀ। ਨਾਲ ਹੀ ਪੰਜਾਬ ਸਰਕਾਰ ਅਤੇ BDPO ਖੰਨਾ ਦਾ ਪੁਤਲਾ ਵੀ ਫੂਕਿਆ। ਜਦੋਂ ਦੀ ਕਾਂਗਰਸ ਦੀ ਸਰਕਾਰ ਬਣੀ ਹੈ, ਕਿਉਂਕਿ ਇਹਨਾਂ ਨੇ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸੀ ਉਹਨਾਂ ਨੂੰ ਇਹ ਕਿਸੇ ਵੀ ਕੀਮਤ ਤੇ ਪੂਰਾ ਨਹੀਂ ਕਰ ਸਕਦੇ। ਉਹਨਾਂ ਦਾ ਧਿਆਨ ਹਟਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਆਏ ਦਿਨ ਝੂਠੇ ਮੁਕੱਦਮੇ ਉਹ ਫਿੱਟ ਕੀਤੇ ਜਾਂਦੇ ਨੇ। ਪਰਸੋਂ ਹਲਕਾ ਖੰਨਾ ਦਾ ਪਿੰਡ ਮਾਜਰੀ ਦੇ ਸਰਪੰਚ ਸਵਰਨਜੀਤ ਸਿੰਘ, ਜਿਹੜੇ ਸਰਕਲ ਸਾਡੇ ਪ੍ਰਧਾਨ ਵੀ ਨੇ, ਪੰਚਾਇਤ ਯੂਨੀਅਨ ਦੇ ਪ੍ਰੈਜੀਡੈਂਟ ਵੀ ਨੇ, ਉਹਨਾਂ ਤੇ ਇੱਕ ਝੂਠਾ ਪਰਚਾ ਦਿੱਤਾ ਗਿਆ। ਪਰਚਾ ਦਿੱਤਾ ਗਿਆ ਕਿ ਤੂੰ ਪਾਈਪਾਂ ਗਲਤ ਪਾਈਆਂ ਨੇ। ਲੇਕਿਨ ਪਾਈਪਾਂ ਪਾਈਆਂ ਕੀ ਨੇ? BDO ਨੇ, ਸੈਕਟਰੀ ਨੇ, ਉਹਦੇ ਸਾਈਨ ਨੇ। ਉਧਰ BDPO ਖੰਨਾ ਧਨਵੰਤ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਦੀ ਕੰਪਲੇਂਟ ਮਾਜਰੀ ਪਿੰਡ ਦੇ ਹਰਦੀਪ ਸਿੰਘ ਨੇ DC ਲੁਧਿਆਣੇ ਨੂੰ ਵੀ ਕੀਤੀ ਸੀ। ਇਸ ਦੀ ਜਾਂਚ SDO ਸਮਰਾਲਾ ਨੂੰ ਵੀ ਭੇਜੀ ਗਈ ਸੀ। ਉਹਨਾਂ ਦੀ ਜਾਂਚ ਦੇ ਅਨੁਸਾਰ ਉਹਨਾਂ ਨੇ ਆਪਣੀ ਰਿਪੋਰਟ ਪੁਲਿਸ ਨੂੰ ਭੇਜੀ। ਕਿਸੇ ਵੱਲੋਂ ਸਿਆਸੀ ਬਦਲਖੋਰੀ ਵਾਲਾ ਕੋਈ ਮਾਮਲਾ ਨਹੀਂ ਹੈ। ਬੇਸਿਕਲੀ ਹਰਦੀਪ ਸਿੰਘ ਕੰਪਲੇਂਟਡ ਹੈ ਜੀ, ਉਹਨੇ ਮਾਨਯੋਗ DC ਸਾਹਿਬ ਨੂੰ ਕੰਪਲੇਂਟ ਕੀਤੀ ਸੀ ਕਿ ਸਾਡੇ ਪਿੰਡ 'ਚ ਵੱਡੇ ਪੱਧਰ 'ਤੇ ਘਪਲੇਬਾਜ਼ੀ ਹੋਈ ਹੈ, ਜੋ ਕਿ ਉਹਨਾਂ ਵੱਲੋਂ DDPO ਸਾਹਿਬ ਦੇ ਰਾਹੀਂ ਮੇਰੇ ਕੋਲ ਇੱਥੇ ਪ੍ਰਾਪਤ ਹੋਈ ਹੈ। ਉਸ ਤੋਂ ਬਾਅਦ ਇਹਦੀ ਇਨਕੁਆਇਰੀ ਲਈ ਬੁਲਾਉਣ ਤੋਂ ਬਾਅਦ ਅਸੀਂ SDO ਪੰਚਾਇਤੀ ਰਾਜ ਸਮਰਾਲਾ ਨੂੰ ਇਹ ਮਾਰਕ ਕੀਤੀ ਇਨਕੁਆਇਰੀ ਕਿ ਇਹਦੀ ਪਿੰਡ ਜਾ ਕੇ ਪੜਤਾਲ ਮੌਕੇ 'ਤੇ ਹਰ ਚੀਜ਼ ਦੀ ਕੀਤੀ ਜਾਏ, ਕਰਕੇ ਜੋ ਫੈਕਟ ਸਾਹਮਣੇ ਆਉਂਦੇ ਆ ਉਹ ਸਾਨੂੰ ਦਿੱਤੇ ਜਾਣ। ਉਹਨਾਂ ਵੱਲੋਂ ਪੜਤਾਲ ਕੱਢ ਕੇ ਸਾਨੂੰ ਭੇਜੀ ਗਈ, ਜਿਹਦੇ 'ਚ ਤਕਰੀਬਨ 7,57,000 ਦੇ ਕਰੀਬ ਉਹਨਾਂ ਨੇ ਗਬੰਦਾ ਲਿਖਿਆ ਹੋਇਆ। ਕੁਛ ਹੋਰ ਉਨਤਾਈਆਂ ਵੀ ਰਿਕਾਰਡ 'ਚ ਨਿਕਲੀਆਂ, ਜਿਸ ਬਾਰੇ ਉਹਦੀ ਫਿਰ ਰਿਪੋਰਟ ਮੇਰੇ ਵੱਲੋਂ ਤਿਆਰ ਕਰਕੇ ਮਾਣਯੋਗ DC ਸਾਹਿਬ ਨੂੰ ਭੇਜੀ ਗਈ ਹੈ, ਜਿਸ ਤੋਂ ਬਾਅਦ ਕਾਰਵਾਈ ਲਈ ਰਿਪੋਰਟ DA ਲੀਗਲ ਦੀ ਰਾਏ ਉਪਰੰਤ ਸਾਡੇ ਕੋਲ ਪ੍ਰਾਪਤ ਹੋਈ ਸੀ ਤੇ ਜੋ DA ਲੀਗਲ ਦੀ ਰਾਏ ਸੀ ਉਹਦੇ ਅਕੋਰਡਿੰਗ ਮੇਰੇ ਵੱਲੋਂ ਬਣਦੀ ਕਾਰਵਾਈ। ਖੰਨਾ ਤੋਂ ਚਰਨ ਸਿੰਘ ਪੱਟੀ, ਜੀਵੇ ਪੰਜਾਬ TV।